ਮੁਖੀ ਸਰਵਦੁਸ਼ਕਾਨਾ ਵਾਚਮ ਮੁਖੰ ਪਦ ਤੰਬੈ ਜਵਾਬ ਗਿਲੈ ਬੁੱਧੀ ਵਿਨਾਸ਼ਲੀ ਮਮ ਸਵਾਹਾ। ਮਾਂ ਬਗਲਾ ਮੁਖੀ ਧਾਮ ਚ ਅਖੰਡ ਮਹਾਯੱਗ ਹੋਣ ਜਾ ਰਿਹਾ, ਸੋ ਸਾਰੇ ਨਗਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਜ਼ਰੂਰ ਜ਼ਰੂਰ ਆ ਕੇ ਆਹੁਤੀ ਪਾਣ ਤੇ ਆਪਣੀ ਹਰ ਮਨੋਕਾਮਨਾ ਪੂਰਨ ਕਰਨ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ, ਤੁਸੀਂ ਵੀ ਆਉਣਾ ਅਤੇ ਨਾਲ ਸਾਰੇ ਪਰਿਵਾਰਾਂ ਨੂੰ ਨਾਲ ਜੋੜਨਾ, ਇਸ ਦਰਬਾਰ ਤੋਂ ਬਹੁਤ ਕਿਰਪਾ ਲਓ, ਆ ਕੇ ਅਖੰਡ ਮਹਾਯੱਗ ਦਾ ਹਿੱਸਾ ਬਣੋ। ਇੱਥੇ ਆਣ, ਨਾਰੀਅਲ ਕੁੰਡ ਵਿੱਚ ਨਾਰੀਅਲ ਦੀ ਆਹੁਤੀ ਦੇਣ, ਮਾਂ ਦੇ ਚਰਨਾਂ 'ਚ ਵਿਰਾਜਨ ਅਤੇ ਆਹੁਤੀ ਪਾਣ, ਸੌਭਾਗਯ ਪ੍ਰਾਪਤ ਕਰਨ। ਮਾਂ ਬਗਲਾ ਮੁਖੀ, ਮੈਂ ਮਾਂ ਬਗਲਾ ਮੁਖੀ ਦੀ ਇੱਕ ਛੋਟੀ ਸੀ ਸੇਵਿਕਾ, ਅੱਜ ਸਾਰਿਆਂ ਨੂੰ ਇਸ ਮਹਾਨ ਯੱਗ ਵਿੱਚ ਆਮੰਤ੍ਰਿਤ ਕਰਦੀ ਹਾਂ। 8 ਫਰਵਰੀ ਤੋਂ 17 ਫਰਵਰੀ ਤੱਕ ਮਾਂ ਬਗਲਾ ਮੁਖੀ ਧਾਮ 'ਚ ਅਖੰਡ ਮਹਾਯੱਗ ਹੋਣ ਜਾ ਰਿਹਾ, ਸੋ ਸਾਰੇ ਨਗਰ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਥੇ ਜ਼ਰੂਰ ਜ਼ਰੂਰ ਆ ਕੇ ਆਹੁਤੀ ਪਾਣ ਅਤੇ ਆਪਣੀ ਹਰ ਮਨੋਕਾਮਨਾ ਪੂਰਨ ਕਰਨ। ਇਸ ਯੱਗ ਵਿੱਚ ਨਾਰੀਅਲ ਕੁੰਡ ਹੈ, ਇੱਕ ਬਹੁਤ ਬਹੁਤ ਮਾਨਤਾ ਹੈ ਇਸ ਨਾਰੀਅਲ ਕੁੰਡ ਦੀ। ਕਹਿੰਦੇ ਹਨ ਨਾ ਕਿ ਜੋ ਕਿਹਾ ਜਾਵੇ ਉਹ ਬ੍ਰਹਿਮੰਡ ਵਿੱਚ ਗੁੰਜਿਆ ਜਾਂਦਾ। ਆਪਾਂ ਸਾਕਸ਼ਾਤ ਨਾਰੀਅਲ ਨੂੰ ਆਪਣੀ ਅਰਦਾਸ ਦੱਸਦੇ ਹਾਂ ਔਰ ਨਾਰੀਅਲ ਜੀ ਉਸ ਅਰਦਾਸ ਨੂੰ ਬ੍ਰਹਿਮੰਡ 'ਚ ਘੁਮਾਉਂਦੇ ਹੈ ਔਰ ਬ੍ਰਹਿਮੰਡ ਦੀ ਸਾਰੀਆਂ ਸ਼ਕਤੀਆਂ ਉਸ ਅਰਦਾਸ ਨੂੰ ਪੂਰਾ ਕਰਨ 'ਚ ਲੱਗ ਜਾਂਦੀਆਂ। ਪਿਛਲੇ 10 ਸਾਲਾਂ ਤੋਂ ਇਸ ਨਾਰੀਅਲ ਕੁੰਡ ਵਿੱਚ ਜੋ ਮੰਨਤ ਮੰਗੀ ਗਈ ਹੈ ਪੂਰਨ ਹੋਈ ਹੈ, ਸੋ ਸਾਰੇ ਨਗਰ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇੱਥੇ ਆਣ, ਨਾਰੀਅਲ ਕੁੰਡ ਵਿੱਚ ਨਾਰੀਅਲ ਦੀ ਆਹੁਤੀ ਦੇਣ, ਮਾਂ ਦੇ ਚਰਨਾਂ 'ਚ ਵਿਰਾਜਨ ਅਤੇ ਆਹੁਤੀ ਪਾਣ, ਸੌਭਾਗਯ ਪ੍ਰਾਪਤ ਕਰਨ। ਜੈ ਮਾਤਾ ਦੀ, ਜੈ ਮਾਂ ਬਗਲਾ ਮੁਖੀ। ਜੈ ਮਾਂ ਬਗਲਾ ਮੁਖੀ, ਜੈ ਮਾਂ ਬਗਲਾ ਮੁਖੀ। ਮੈਂ ਪ੍ਰੀਤ ਸਿੱਖ ਹਾਂ, 7 ਸੀਜ਼ ਇਮੀਗ੍ਰੇਸ਼ਨ ਤੋਂ। ਮੈਂ ਅੱਜ ਇੱਥੇ ਬਗਲਾ ਮੁਖੀ ਦੇ ਧਾਮ 'ਤੇ ਆਇਆ। ਮੈਂ 2019 ਦਾ ਇਸ ਦਰਬਾਰ ਨਾਲ ਜੁੜਿਆ ਹੋਇਆ। ਬਹੁਤ ਰਹਿਮਤ ਦੀ ਦੇਵੀ ਆ, ਜਿਹਨੇ ਕਿਰਪਾ ਬਹੁਤ ਕੀਤੀ ਹੋਈ ਆ ਸਾਰਿਆਂ 'ਤੇ, ਅਤੇ ਮੇਰੇ 'ਤੇ ਤਾਂ ਬਹੁਤ ਜ਼ਿਆਦਾ ਕੀਤੀ ਹੋਈ ਆ। ਇਸ ਟਾਈਮ ਜਿਹੜਾ 216 ਘੰਟੇ ਦਾ ਅਖੰਡ ਮਹਾਯੱਗ ਆ, ਜਿਹੜਾ 8 ਫਰਵਰੀ ਤੋਂ 17 ਫਰਵਰੀ ਤੱਕ 2024, ਸਾਰਿਆਂ ਨੇ ਇਹਦੇ ਵਿੱਚ ਆਉਣਾ, ਇਸ ਅਖੰਡ ਮਹਾਯੱਗ ਦਾ ਹਿੱਸਾ ਬਣਨਾ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ, ਤੁਸੀਂ ਵੀ ਆਉਣਾ ਅਤੇ ਨਾਲ ਸਾਰੇ ਪਰਿਵਾਰਾਂ ਨੂੰ ਨਾਲ ਜੋੜਨਾ, ਇਸ ਦਰਬਾਰ ਤੋਂ ਬਹੁਤ ਕਿਰਪਾ ਲਓ, ਆ ਕੇ ਅਖੰਡ ਮਹਾਯੱਗ ਦਾ ਹਿੱਸਾ ਬਣੋ। ਧੰਨਵਾਦ।